ਸਾਡੇ ਸਰਕਾਰ ਵਿੱਚ ਦੋ ਡਿਪਟੀ ਸੀਐਮ ਹੋਣਗੇ ਇੱਕ ਪਹਿਲਾ ਦਲਿਤ ਪਰਿਵਾਰ ਤੋਂ ਤੇ ਦੂਜਾ ਹਿੰਦੂ ਪਰਿਵਾਰ ਤੋਂ ਜਿਹੜਾ ਡਿਪਟੀ ਸੀਐਮ ਹੋਣਗੇ ਜਦੋਂ ਤੱਕ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਦਾ ਰਾਜ ਰਹੂਗਾ ਕਿਸੇ ਵੀ ਹਾਲਤ ਵਿੱਚ ਆ ਕਾਨੂੰਨ ਪੰਜਾਬ 'ਚ ਲਾਗੂ ਨਹੀਂ ਹੋ ਸਕਦੇ ਜਾਤੀ ਸਮੀਕਰਨ ਬਰਾਬਰ ਕਰਨ ਦੀਆਂ ਕੋਸ਼ਿਸ਼ਾਂ ਕਿਸਾਨਾਂ ਦੇ ਜ਼ਖਮਾਂ ਤੇ ਮਰਹਮ 2022 ਦੀਆਂ ਚੋਣਾਂ ਤੋਂ ਪਹਿਲਾਂ ਹਰ ਖਿੱਤੇ ਦੇ ਵੋਟ ਬੈਂਕ ਨੂੰ ਸਾਧਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਵਾਅਦਿਆਂ ਦੀ ਲਿਸਟ 'ਚ ਨਵਾਂ ਐਲਾਨ ਸੀ ਦਲਿਤ ਚਿਹਰੇ ਬਾਅਦ ਹੁਣ ਹਿੰਦੂ ਚਿਹਰੇ ਨੂੰ ਵੀ ਡਿਪਟੀ ਸੀਐਮ ਬਣਾਉਣ ਦਾ ਐਲਾਨ ਕੀਤਾ ਗਿਆ ਸਾਡੇ ਸਰਕਾਰ ਵਿੱਚ ਦੋ ਡਿਪਟੀ ਸੀਐਮ ਹੋਣਗੇ ਇੱਕ ਪਹਿਲਾ ਦਲਿਤ ਪਰਿਵਾਰ ਤੋਂ ਤੇ ਦੂਜਾ ਹਿੰਦੂ ਪਰਿਵਾਰ ਤੋਂ ਜਿਹੜਾ ਡਿਪਟੀ ਸੀਐਮ ਹੋਣਗੇ ਸਾਡੀ ਸੋਚ ਇੱਕੋ ਇੱਕ ਹੈ ਕਿ ਜੋੜ ਕੇ ਤੇ ਸਾਰੇ ਧਰਮਾਂ ਨੂੰ ਆਪਣੀ ਸਰਕਾਰ ਵਿੱਚ ਸਾਰੇ ਧਰਮਾਂ ਨੂੰ ਜੋ ਯੋਗ ਜਗ੍ਹਾ ਹੈਗੀਆਂ ਸਾਰਿਆਂ ਨੂੰ ਇਕੱਠੇ ਲੈ ਕੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਸਾਡਾ ਪਹਿਲਾ ਨਿਸ਼ਾਨਾ ਹੈ ਕਿਸਾਨ ਭਾਈਚਾਰਾ ਇਸ ਵਾਰ ਦੀਆਂ ਚੋਣਾਂ 'ਚ ਹੋਰ ਅਹਿਮ ਭੂਮਿਕਾ ਨਿਭਾਉਣ ਵਾਲਾ ਹੈ ਖੇਤੀ ਕਾਨੂੰਨਾਂ ਤੇ ਸਿਆਸਤ ਪਾਰਟੀਆਂ ਨੂੰ ਖੂਬ ਰਾਸ ਵੀ ਆ ਰਹੀ ਹੈ ਇਸੇ ਲਈ ਪਹਿਲਾਂ ਹੀ ਜਾਨ ਗਵਾਉਣ ਵਾਲੇ ਅੰਦੋਲਨਕਾਰੀ ਕਿਸਾਨਾਂ ਦੇ ਪਰਿਵਾਰਾਂ ਲਈ ਅਕਾਲੀ ਦਲ ਨੌਕਰੀ ਦਾ ਐਲਾਨ ਕਰ ਚੁੱਕਾ ਹੈ ਤੇ ਹੁਣ ਭਰੋਸਾ ਦਿੱਤਾ ਹੈ ਕਿ ਸਰਕਾਰ ਆਈ ਤਾਂ ਕਾਨੂੰਨ ਲਾਗੂ ਹੀ ਨਹੀਂ ਹੋਣ ਦੇਵਾਂਗੇ ਜਦੋਂ ਤੱਕ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਦਾ ਰਾਜ ਰਹੂਗਾ ਕਿਸੇ ਵੀ ਹਾਲਤ ਵਿੱਚ ਆ ਕਾਨੂੰਨ ਪੰਜਾਬ 'ਚ ਲਾਗੂ ਨਹੀਂ ਹੋ ਸਕਦੇ ਨਾ ਹੋਣ ਦੇਵਾਂਗੇ ਭਾਵੇਂ ਸਾਰਾ ਸਿਰ ਵੱਢਿਆ ਜਾਏ ਪਰ ਆਹ ਕਾਨੂੰਨ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਹੁਣ ਜਿਹੜਾ ਪਾਰਲੀਮੈਂਟ ਦਾ ਸੈਸ਼ਨ ਆ ਰਿਹਾ ਜਿਹੜਾ 19 ਤਰੀਕ ਨੂੰ ਪਾਰਲੀਮੈਂਟ ਦਾ ਸੈਸ਼ਨ ਆ ਰਿਹਾ ਸ਼੍ਰੋਮਣੀ ਅਕਾਲੀ ਦਲ ਅਤੇ ਅਸੀਂ ਬੀਐਸਪੀ ਨਾਲ ਗੱਲ ਕੀਤੀ ਇਕੱਠੇ ਅਸੀਂ ਅਡਜੋਨਮੈਂਟ ਮੋਸ਼ਨ ਲੈ ਕੇ ਆ ਰਹੇ ਹਾਂ ਸ਼੍ਰੋਮਣੀ ਅਕਾਲੀ ਦਲ ਅਡਜੋਨਮੈਂਟ ਮੋਸ਼ਨ ਪਾਰਲੀਮੈਂਟ 'ਚ ਲੈ ਕੇ ਆ ਰਿਹਾ ਕਿ ਉਸ ਮੋਸ਼ਨ ਰਾਹੀਂ ਕਿ ਸਾਰੇ ਜਿਹੜੇ ਕਾਨੂੰਨ ਕਾਲੇ ਕਾਨੂੰਨ ਕਿਸਾਨਾਂ ਦੇ ਹੈ ਉਹ ਇਮੀਡੀਏਟਲੀ ਸੈਂਟਰ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਲੈਣੇ ਪੈਣੇ ਹੈ ਪੰਜਾਬ 'ਚ ਵਿਧਾਨ ਸਭਾ ਚੋਣਾਂ 'ਚ ਮਹਿਜ਼ 8 ਮਹੀਨੇ ਬਚੇ ਨੇ ਹਰ ਪਾਰਟੀ ਸਿਆਸੀ ਬਿਸਾਖ ਵਿਸ਼ਾਉਣ 'ਚ ਜੁਟੀ ਹੈ ਪੰਜਾਬ 'ਚ ਅਕਾਲੀ ਦਲ ਜਾਤ ਤੇ ਆਧਾਰਿਤ ਸਮੀਕਰਨ ਫਿੱਟ ਕਰਨ ਦੀ ਫਿਰਾਕ 'ਚ ਹੈ ਬੀਜੇਪੀ ਨਾਲ ਗੱਠਜੋੜ ਟੁੱਟਣ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਅੱਖ ਹਿੰਦੂ ਵੋਟ ਬੈਂਕ ਤੇ ਵੀ ਹੈ ਅਕਾਲੀ ਦਲ 24 ਸਾਲ ਬਾਅਦ ਬੀਜੇਪੀ ਦੇ ਬਿਨਾਂ ਵਿਧਾਨ ਸਭਾ ਚੋਣ ਲੜ ਰਿਹਾ ਲਿਹਾਜ਼ਾ ਉਹਨਾਂ ਦੀ ਨਜ਼ਰ ਦਲਿਤ ਪਿਛੜੇ ਵਰਗ ਅਤੇ ਹਿੰਦੂ ਵੋਟ ਬੈਂਕ ਤੇ ਵੀ ਹੈ